ਤਮਾਮ ਦੋਸਤਾਂ ਨੂੰ ਰਾਸਿਬ ਖਾਨ ਪੌੜ ਦਾ ਅਸਲਾਮ ਅਲੈਕੁਮ। ਸ਼ਹਿਰਾਂ ਤੋਂ ਇਜਾਜ਼ਤ ਲੈਂਦੇ ਹੋਇਆਂ ਹੈਂ ਤਾਂ ਸਾਰੇ ਮੇਰੇ ਤੋਂ ਸੀਨੀਅਰ, ਪਰ ਮੈਂ ਆਪਣੀ ਅਕੀਦਤ ਦਾ ਸਭ ਤੋਂ ਪਹਿਲੇ ਸ਼ੇਰ ਪੜ੍ਹਸਾਂ ਔਰ ਉਮੀਦ ਹੈ ਬਈ ਤੁਸੀਂ ਬਿਲਕੁਲ ਔਰ ਇੰਤਹਾਈ ਤਵੱਜੋ ਨਾਲ ਸੁਣ ਸੋ। ਹੋਰ ਤਾਂ ਨਹੀਂ ਯਾਰ, ਮੇਰੇ ਕਾਦੇ 'ਚ ਥੋੜ੍ਹਾ ਫਰਕ ਮੁੜੀ ਥਾਂ ਚੈਟ ਕਰੋ। ਮੁਹਤਰਮ ਭਾਈ ਹੁਣ ਨਹੀਂ, ਮੈਂ ਸ਼ਹਿਰ ਨਹੀਂ ਹਾਂ, ਹਲੇ ਸ਼ਹਿਰੀ ਦਾ ਵਨਾ ਵੱਲ ਸਿੱਖਦਾ। ਮੋਹਸਿਨ ਭਾਈ ਔਰ ਅਦੀਲ ਔਰੀ ਸ਼ਹਿਰੀ ਦੀਆਂ ਸਨਫਾਂ ਦੀ ਗੱਲ ਕਰ ਰਹੇ ਹਨ। ਆ ਜਿਹੜੀ ਬੋਲੀ ਸ਼ੁਰੂ ਹੋਈਏ ਸ਼ਹਿਰੀ ਖਾਨਦਾਨ ਵਿੱਚ ਸਾਡੇ ਤੋਂ ਸ਼ੁਰੂ ਹੋਈਏ, ਸਭ ਤੋਂ ਪਹਿਲੀ ਬੋਲੀ ਜਿਹੜੀ ਇਹ ਵਿੱਚ ਪ੍ਰੋਫੈਸਰ ਸਾਹਿਬ ਗਵਾਹ ਬੈਠੇ ਨੇ, ਲਤੀਫ ਸ਼ਦਾਈ ਸਾਹਿਬ ਲਿਖੀ ਔਰ ਮੇਰੇ ਉੱਪਰ ਦਾਦਾ ਉਸਤਾਦ ਨੇ, ਮਿਹਰਬਾਨੀ ਜੀ ਮਿਹਰਬਾਨੀ। ਮੇਰਾ ਉਸਤਾਦ ਆਕਿਬ ਸਤਿਆਨਵੀ ਸਾਹਿਬ, ਉਹਦੇ ਉਸਤਾਦ ਨੂੰ ਜ਼ਮਾਨਾ ਜਾਣਦਾ ਹੈ ਸਮਰ ਸਾਹਿਬ ਨੂੰ, ਸਮਰ ਸਾਹਿਬ ਦਾ ਲਤੀਫ ਸ਼ਦਾਈ ਸਾਹਿਬ। ਅਤੇ ਇਹ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਖਾਨੇਵਾਲ ਜਾਂ ਮਖਦੂਮਪੁਰ ਤੋਂ ਆਉਂਦਾ ਹੈ, ਅਗਰ ਉਹ ਸਿਰਫ ਦੋੜਾ ਚਾਰ ਮਿਸਰੇ ਜੋੜ ਕੇ ਆਉਂਦਾ ਤਾਂ ਮੁੜ ਉਹਦਾ ਭੱਤ ਦੇ, ਉਹ ਸ਼ੌਕ ਤੋਂ ਨਹੀਂ ਜਾਂ ਸ਼ਹਿਰੀ ਸੁਣਾਵਣ ਨਹੀਂ ਆਉਂਦਾ, ਉਹ ਸਿਰਫ ਭੱਤ ਫਾੜ ਤੇ ਆਉਂਦਾ ਕਿ ਮੇਰਾ ਉੱਥੇ ਨਾਂ ਉਹ ਸੀ, ਅਤੇ ਬੰਦੇ ਆਖਣ ਵੀ ਵਾਹ ਵਾਹ ਅਤੇ ਚਾਰ ਲੈਣਾ ਜੋੜੀ ਵਧਾਈ। ਹਾਲਾਂਕਿ ਅੱਜ ਕੱਲ੍ਹ ਜਿੱਥੇ ਮਾਸ਼ਰਾ ਜਾ ਰਿਹਾ ਜ਼ਿਆਦੀ ਦਾਦ ਉਹ ਹਾਸਲ ਕਰ ਰਹੇ ਨੇ ਜਿਹੜੇ ਸਿਰਫ ਚਾਰ ਲੈਣਾ ਜੋੜੀ ਵਧੇ। ਕਾਫੀਏ ਦੀ ਕਾਈ ਤਰਤੀਬ ਨਹੀਂ, ਰਦੀਫ ਦਾ ਨਹੀਂ ਪਤਾ ਕਿੱਥੇ ਜਚਦਾ ਕਿੱਥੇ ਨਹੀਂ ਜਚਦਾ, ਐਵੇਂ ਦਬੜ ਗੁਸੰਨੇ ਨਾਲ ਮੰਨ ਦਿੰਦੇ ਨੇ। ਅਤੇ ਦਾਦ ਵੀ ਉਹਨਾਂ ਨੂੰ ਪਈ ਸੋਸ਼ਲ ਮੀਡੀਆ 'ਤੇ ਮਿਲਦੀ, ਪ੍ਰੋਫੈਸਰ ਬੈਠੇ ਨੇ ਇਸ ਗੱਲ ਦੀ ਗਵਾਹੀ ਦੇਣ, ਅਤੇ ਜਿਹੜੇ ਬੰਦੇ ਇਸ ਕਾਬਿਲ ਨੇ ਉਹਨਾਂ ਬੰਦਿਆਂ ਨੂੰ ਆਵਾਮ ਨਹੀਂ ਆਉਣ ਦਿੱਤਾ, ਕੁਝ ਸ਼ਹਿਰਾਂ ਨਹੀਂ ਆਉਣ ਦਿੱਤਾ। ਬਹੁਤ ਬੜੀ ਮੁਨਾਫਕਤ ਹੈ, ਬਹੁਤ ਮਿਹਰਬਾਨੀ ਜਨਾਬ ਜੀ। ਹੁਣ ਨਹੀਂ ਦੰਮੀ ਨਾਲ ਦੀ ਵੰਝ ਪੜਸਾਂ, ਆ ਹੁਣ ਨਹੀਂ ਦੰਮੀ ਨਾਲ ਦੀ ਵੰਝ ਪੜਸਾਂ, ਉਹ ਰਾਸੀ ਕੇ ਤਾਈਂ ਮੱਕਰ ਆ ਸਾਡਾ, ਇੱਥੇ ਨਹੀਂ ਵੰਝ ਮੰਗਸਾਂ ਮਾਫੀਆਂ ਕਾਬੇ ਦਾ, ਜਦਾਂ ਲਗਸੀ ਚੱਕਰ ਆ ਸਾਡਾ। ਤੇ ਮੰਨੇ ਕੋਈ ਨਾ ਬੇਸ਼ੱਕ ਹੁਣ ਨਹੀਂ ਦਮੀ ਨਾਲ ਦੀ ਵੰਝ ਪੜਸਾਂ, ਰਾਸੀ ਕੇ ਤਾਈਂ ਮੱਕਰ ਆ ਸਾਡਾ, ਵੰਝ ਮੰਗਸਾਂ ਮਾਫੀਆਂ ਕਾਬੇ ਦਾ, ਜਦਾਂ ਲਗਸੀ ਚੱਕਰ ਆ ਸਾਡਾ। ਤੇ ਦੁਸ਼ਮਣ ਨੂੰ ਰਾਸੇ ਬਾਜ਼ਾਰ ਦਿਸਿੰਦਾ ਏ, ਦੁਸ਼ਮਣ ਨੂੰ ਰਾਸੇ ਬਾਜ਼ਾਰ ਦਿਸਿੰਦਾ ਏ, ਜਿਵੇਂ ਸ਼ਹਿਦ ਤੇ ਸ਼ੱਕਰ ਆ ਸਾਡਾ, ਮੰਨੇ ਕੋਈ ਨਾ ਬੇਸ਼ੱਕ ਮਾਸ਼ਰ ਤਾਈਂ ਇਹ ਸੱਚ ਅਬੂ ਬੱਕਰ ਆ ਸਾਡਾ। ਮਿਹਰਬਾਨੀ ਸਰ, ਮਿਹਰਬਾਨੀ 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 ਸਰ, ਬਹੁਤ ਸ਼ੁਕਰੀਆ ਜੀ। ਕਿਬਲਾ ਸ਼ਾਇਦ ਬਾਈ ਸਦੀਕ ਸਾਚੇ, ਉਮਰ ਨੂੰ ਆਦਿਲ ਗਨੀ ਨੂੰ ਜੱਗ ਦੀ ਮਿਸਾਲ ਲਿਖਾਂ, ਮੈਂ ਇੱਕ ਮਿਸਰੇ ਦੇ ਮਗਰ ਏਡੀ ਮਿਹਨਤ ਪਿਆ ਕਰੇਂਦਾ। ਸਦੀਕ ਸਾਚੇ, ਉਮਰ ਨੂੰ ਆਦਿਲ ਗਨੀ ਨੂੰ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜਨਾਬ। ਸਦੀਕ ਸਾਚੇ, ਉਮਰ ਨੂੰ ਆਦਿਲ ਗਨੀ ਨੂੰ ਜੱਗ ਦੀ ਮਿਸਾਲ ਲਿਖਾਂ, ਯਾਰ ਜੇ ਸੱਚ ਵੀ ਸਾਚੇ ਤਾਂ ਸੱਚੀ ਗੱਲ ਏ, ਅਲੀ ਨੂੰ ਰੱਬ ਦਾ ਜਲਾਲ ਲਿਖਾਂ।
ਮਿਹਰਬਾਨੀ ਸਰ। ਸਦੀਕ ਸਾਚੇ ਉਮਰ ਨੂੰ ਆਦਿਲ ਬਹੁਤ ਸ਼ੁਕਰੀਆ। ਸਦੀਕ ਸਾਚੇ ਉਮਰ ਨੂੰ ਆਦਿਲ ਗਨੀ ਨੂੰ ਜੱਗ ਦੀ ਮਿਸਾਲ ਲਿਖਾਂ ਯਾਰ ਜੇ ਸੱਚ ਵੀ ਸਾਚੇ ਤੇ ਸੱਚੀ ਗੱਲ ਏ ਅਲੀ ਨੂੰ ਰੱਬ ਦਾ ਜਲਾਲ ਲਿਖਾਂ। ਕਿਸੇ ਬੰਦੇ ਕੋਲ ਪੁੱਛ ਲਓ ਨਾ ਕੋਈ ਪੁੱਛੇ ਰਾਸੇ ਮੈਂ ਕਹਿ ਦੱਸੇ ਸਾਂ ਕਹੇ ਇੱਕ ਸਾਫੀ ਦਾ ਸ਼ਾਨ ਕੀ ਏ ਨਾ ਮੈਂ ਲਿਖਾਰੀ ਨਾ ਸ਼ਹਿਰ ਪੂਰਾ ਮੈਂ ਕਿਹੜੇ ਮੂੰਹ ਨਾਲ ਬਿਲਾਲ ਲਿਖਾਂ। ਮਿਹਰਬਾਨੀ ਸਰ ਬਹੁਤ ਸ਼ੁਕਰੀਆ। ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ। ਸਦੀਕ ਸਾਚੇ ਉਮਰ ਨੂੰ ਆਦਿਲ ਗਨੀ ਨੂੰ ਜੱਗ ਦੀ ਮਿਸਾਲ ਲਿਖਾਂ ਜੇ ਸੱਚ ਵੀ ਸਾਚੇ ਤੇ ਸੱਚੀ ਗੱਲ ਏ ਅਲੀ ਨੂੰ ਰੱਬ ਦਾ ਜਲਾਲ ਲਿਖਾਂ। ਬੜੇ ਲਿਖੇ ਬੰਦੇ ਬੈਠੇ ਨੇ ਜੇ ਸੱਚ ਵੀ ਸਾਚੇ ਤੇ ਸੱਚੀ ਗੱਲ ਏ ਅਲੀ ਨੂੰ ਰੱਬ ਦਾ ਜਲਾਲ ਲਿਖਾਂ। ਕੋਈ ਪੁੱਛੇ ਰਾਸੇ ਮੈਂ ਕਹਿ ਦੱਸੇ ਸਾਂ ਕਹੇ ਸਾਹਬੀ ਦਾ ਸ਼ਾਨ ਕੀ ਏ ਨਾ ਸ਼ਹਿਰ ਪੂਰਾ ਨਾ ਮੈਂ ਲਿਖਾਰੀ ਮੈਂ ਕਿਹੜੇ ਮੂੰਹ ਨਾਲ ਬਿਲਾਲ ਲਿਖਾਂ। ਮਿਹਰਬਾਨੀ ਸਰ ਯਾਰ ਜਿਵੇਂ ਮਜਮਾ ਪਿਆ ਸੁਣਦਾ ਨਾ ਮੇਰਾ ਦਿਲ ਆ ਪਈ ਥਾਈ ਇੱਕ ਸ਼ੇਰ ਮੈਂ ਹੋਰ ਪੜ ਛੱਡਾਂ। ਮਿਹਰਬਾਨੀ ਸ਼ਾਇਦ ਭਾਈ ਬਹੁਤ ਸ਼ੁਕਰੀਆ। ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ। ਪੰਜਵੀਂ ਕਲੀ ਹੁਸੈਨ ਹੈ ਪੰਜ ਤਨ ਦੇ ਫੁੱਲ ਦੀ ਸ਼ਾਇਦ ਭਾਈ ਮਿਹਰਬਾਨੀ ਜੀ। ਪੰਜਵੀਂ ਕਲੀ ਹੁਸੈਨ ਹੈ ਪੰਜ ਤਨ ਦੇ ਫੁੱਲ ਦੀ ਕਿਉਂ ਨਹੀਂ ਪਛਾਣਿਆ ਉਮਤ ਰਸੂਲ ਦੇ ਯਾਰ ਜਿਸ ਵਕਤ ਚਾਵੇ ਬਣਦਾ ਹੈ ਕੁਰਾਨ ਦਾ ਗਿਲਾਫ ਇਤਨਾ ਤਾਂ ਸ਼ਾਨ ਰੱਖਦੀ ਹਾ ਚਾਦਰ ਬਤੂਲ ਦੀ। ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਲਿਕ ਨਵਾਜ਼ ਭਾਈ ਕਿ ਉਹ ਮਰ ਗਏ ਦੌਲਤਾਂ ਨਾਲ ਜੀ ਨਾਨੋ ਹਾਈ ਢੇਰ ਯਜ਼ੀਦ ਨਵਾਜ਼ੂ। ਉਹੇ ਮਰ ਗਏ ਦੌਲਤਾਂ ਨਾਲ ਜੀ ਨਾਨੋ ਨਦੀਮ ਭਾਈ ਉਹੇ ਮਰ ਗਏ ਦੌਲਤਾਂ ਨਾਲ ਜੀ ਨਾਨੋ ਹਾਈ ਢੇਰ ਯਜ਼ੀਦ ਨਵਾਜ਼ੂ। ਰਹੀ ਗਲਤ ਖੁਮਾਰੀ ਗਲਤ ਦਿਮਾਗ ਚ ਗਏ ਮਾਰੇ ਕੁੱਲ ਹਮਰਾਜ਼ੂ। ਵਫਾਦਾਰੀਆਂ ਤੇ ਹੁਬਦਾਰੀਆਂ ਨੂੰ ਉਹ ਕਦਾ ਸਕਦਾ ਹੈ ਤੋਲ ਤਰਾਜ਼ੂ। ਉਹ ਰੰਗ ਲੇਸਣ ਰਸਿਬ ਮਾਸ਼ਰ ਵਿੱਚ ਦੋਵੇਂ ਕਲਮ ਅਬਾਸ ਦੇ ਬਾਜ਼ੂ। ਮਿਹਰਬਾਨੀ ਸਰ ਮਿਹਰਬਾਨੀ ਸਰ ਮਿਹਰਬਾਨੀ ਸਰ ਕਿ ਨਵੀਂ ਨਵੀਂ ਈਦ ਗੁਜ਼ਰੀ ਹੈ ਕਿ ਬਿਸਮਿਲਾ ਕਰਾਂ ਈਦ ਦਾ ਚੰਨ ਬਣ ਕੇ ਸ਼ਾਇਦ ਵਿਰਾ ਮਲਿਕ ਨਿਵਾਸ ਜੀ ਬਿਸਮਿਲਾ ਕਰਾਂ ਆਕਿਬ ਸਾਹਿਬ ਮੇਰੇ ਉਸਤਾਦ ਦੇ ਨਾਂ ਦੇ ਸ਼ਰੀਕ ਬਿਸਮਿਲਾ ਕਰਾਂ ਈਦ ਦਾ ਚੰਨ ਬਣ ਕੇ ਦਿਸ ਨਾਲ ਨਸੀਬ ਦੇ ਪਏ ਹੋ ਮੇਰੇ ਕੋਲ ਆ ਬਹੁ ਅੱਖੀ ਠਾਰਨ ਪਰੋਂ ਬਹੁ ਚਿਰ ਤਾਈ ਉਹ ਡਰ ਰਹੇ ਹੋ ਤੇ ਇਹ ਦਿਲ ਚ ਹੋ ਦੇ ਇਹ ਮਨ ਚ ਮੂਜ ਜ਼ੁਲੇਖਾ ਵਾਂਗੂ ਦਿਲ ਮਿਸਰ ਚ ਯੂਸਫ ਜਏ ਹੋ ਉਹ ਸਾਰੀ ਉਮਰ ਦਾ ਰਸਿਬ ਖੜਿਆ ਹੋਇਆ ਨੂਰ ਹਟਾਵਣ ਗਏ ਹੋ। ਮਿਹਰਬਾਨੀ ਸਰ ਬਿਸਮਿਲਾ ਕਰਾਂ ਈਦ ਦਾ ਚੰਨ ਬਣ ਕੇ ਦਿਸ ਨਾਲ ਨਸੀਬ ਦੇ ਪਏ ਹੋ ਮੇਰੇ ਕੋਲ ਆ ਬਹੁ ਅੱਖੀ ਠਾਰਨ ਪਰੋਂ ਬਹੁ ਚਿਰ ਤਾਈ ਉਹ ਡਰ ਰਹੇ ਹੋ ਤੇ ਹੇ ਮਨ ਚ ਮੂਜ ਜ਼ੁਲੇਖਾ ਵਾਂਗੂ ਦਿਲ ਮਿਸਰ ਚ ਯੂਸਫ ਜਏ ਹੋ ਉਹ ਸਾਰੀ ਉਮਰ ਦਾ ਰਸਿਬ ਖੜਿਆ ਹੋਇਆ ਨੂਰ ਹਟਾਵਣ ਗਏ ਹੋ। ਮੁੰਜ ਗੁਰਬਤ ਨੂਰ ਨਿਗਾਹੀ ਦਾ ਕੀਤਾ ਏ ਮੈਥੋਂ ਕਈ ਨਹੀਂ ਸਜਣ ਸੀ ਆਪੇ ਸਾਰੀ ਜ਼ਿੰਦਗੀ ਕਹੇ ਮਜਬੂਰੀ ਤੂੰ ਦੁੱਖ ਰਸਿਬ ਚਾਹੇ ਹੀ ਕਲਾਪੇ ਤੇ ਦਿਸੇ ਹਰ ਪਾਸੂ ਵਾਧੇ ਮਰਜ਼ੀਆਂ ਦੇ
ਜਿਸੇ ਹਰ ਪਸੂਆ ਤੇ ਮਰਜ਼ੀਆਂ ਦੇ ਜਦਾਂ ਨਕਸ਼ੇ ਖਾਕ ਤੇ ਛਾਪੇ ਜਿਵੇਂ ਰੁੱਠਿਆ ਨੇ ਮੇਰਾ ਦਿਲ ਆਦਾ ਜਿਵੇਂ ਰੁੱਠਿਆ ਨੇ ਈਦ ਤੇ ਦਿਲ ਆਦਾ ਮੇਰੇ ਨਾਲ ਮਨੀ ਮਿਣ ਆਪੇ। ਥੋੜਾ ਪਾਣੀ ਦੇ ਦਿਆ ਯਾਰ ਯਾਰ ਗੁਸਤਾਖ ਨਾ ਕਰ ਅੱਜ ਅੱਖੀਆਂ ਨੂੰ ਕਿਵੇਂ ਕਸਮ ਹਯਾ ਦੀ ਬਨ ਵੇਖਾਂ ਉਹ ਤੈਥੋਂ ਡੇਰ ਹਸੀਨ ਜ਼ਮਾਨੇ ਤੇ ਕਿਵੇਂ ਜੱਟ ਚ ਰਸਬ ਮਨ ਵੇਖਾਂ ਔਰ ਤੈਨੂੰ ਕੋਲ ਬਹਾ ਕੇ ਦਿਲ ਆਦਾਏ ਲੂ ਲੂ ਵੇਖਾਂ ਸਨ ਸਨ ਵੇਖਾਂ ਉਹ ਜੱਬ ਫੈਸਲਾ ਕਰਕੇ ਦੱਸ ਮੈਨੂੰ ਮੈਂ ਤੈਨੂੰ ਵੇਖਾਂ ਜਾਂ ਚੰਨ ਵੇਖਾਂ। ਮਿਹਰਬਾਨੀ ਸਰ ਮਿਹਰਬਾਨੀ ਜੀ ਮਿਹਰਬਾਨੀ ਸਰ